ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 7 ਭਾਰਤ ਅਤੇ ਸੰਸਾਰ ਕਦੋਂ ਕਿੱਥੇ ਅਤੇ ਕਿਉਂ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਨਲ ਤੇ ਪਾਈ ਜਾ ਚੁੱਕੇ ਨੇ ਹੁਣ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਪ੍ਰਸ਼ਨ ਨੰਬਰ 1 ਇਤਿਹਾਸ ਵਿੱਚ ਭਾਰਤੀ ਉਪਮਹਾਦੀਪਨ ਦੇ ਕਿਹੜੇ ਕਿਹੜੇ ਨਾਮ ਰੱਖੇ ਗਏ ਸਨ ਇਸ ਨੂੰ ਕਿਹੜੇ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਉੱਤਰ ਹਿੰਦੋਸਤਾਨ ਅਤੇ ਭਾਰਤ ਵਰਸ਼ ਉੱਤਰ ਪ੍ਰਸ਼ਨ ਨੰਬਰ 2 ਇਤਿਹਾਸਕਾਰਾਂ ਨੇ ਭਾਰਤੀ ਉਪਮਹਾਦੀਪ ਨੂੰ ਕਿੰਨੇ ਯੁੱਗਾਂ ਵਿੱਚ ਵੰਡਿਆ ਹੈ ਉੱਤਰ ਤਿੰਨ ਯੁੱਗਾਂ ਵਿੱਚ ਪ੍ਰਾਚੀਨ ਯੁੱਗ ਮੱਧ ਕਾਲੀਨ ਯੁੱਗ ਅਤੇ ਆਧੁਨਿਕ ਯੁੱਗ ਪ੍ਰਸ਼ਨ ਨੰਬਰ 3 ਭਾਰਤੀ ਇਤਿਹਾਸ ਦੇ ਸਰੋਤ ਕਿੰਨੇ ਪ੍ਰਕਾਰ ਦੇ ਹਨ ਉੱਤਰ ਭਾਰਤੀ ਇਤਿਹਾਸ ਦੇ ਸਰੋਤ ਦੋ ਪ੍ਰਕਾਰ ਦੇ ਹਨ ਕਿਹੜੇ-ਕਿਹੜੇ ਨੇ ਵਿੱਚ ਦੋ ਪ੍ਰਕਾਰ ਇੱਕ ਹੈ ਪ੍ਰਾਤਤਵ ਸਰੋਤ ਨੰਬਰ 2 ਸਾਹਿਤਿਕ ਸਰੋਤ ਪ੍ਰਾਤਤਵ ਸਰੋਤ ਦੇਖਦੇ ਆ ਵਿੱਚ ਆਪਾਂ ਇਸ ਵਿੱਚ ਪ੍ਰਾਚੀਨ ਸਮਾਰਕ ਮੰਦਰ ਸਿਲਾਲੇਖ ਸਿੱਕੇ ਬਰਤਨ ਹਥਿਆਰ ਗਹਿਣੇ ਚਿੱਤਰ ਆਦਿ ਸ਼ਾਮਿਲ ਹਨ ਸਾਹਿਤਿਕ ਸਰੋਤਾਂ ਵਿੱਚ ਇਸ ਵਿੱਚ ਰਾਜੇ ਮਹਾਰਾਜਿਆਂ ਦੀਆਂ ਜੀਵਨੀਆਂ ਸਵੈ ਜੀਵਨੀਆਂ ਵਿਦੇਸ਼ੀ ਯਾਤਰੀਆਂ ਦੇ ਲੇਖ ਚਿੱਤਰਕਾਰੀ ਅਤੇ ਸੰਗੀਤ ਆਦਿ ਸ਼ਾਮਿਲ ਹਨ ਪ੍ਰਸ਼ਨ ਨੰਬਰ 4 ਵਿਦੇਸ਼ੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਸਾਹਿਤਕ ਸਰੋਤ ਇਤਿਹਾਸਕ ਸਰੋਤ ਹਨ ਉੱਤਰ ਵਿਦੇਸ਼ੀ ਯਾਤਰੀਆਂ ਦੇ ਲੇਖਾਂ ਨਾਲ ਅਸੀਂ ਉਸ ਸਮੇਂ ਦੇ ਰਾਜਿਆਂ ਆਮ ਲੋਕਾਂ ਅਤੇ ਵੱਖ-ਵੱਖ ਨਗਰਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਖਾਲੀ ਥਾਂ ਮਾ ਭਰੋ ਨੰਬਰ 1 ਭਾਰਤ ਵਿੱਚ 8ਵੀਂ ਸਦੀ ਨੂੰ ਪਰਵਰਤਨ ਦੀ ਸਦੀ ਮੰਨਿਆ ਜਾਂਦਾ ਹੈ ਕਿਹੜੀ ਸਦੀ ਮੰਨਿਆ ਜਾਂਦਾ ਹੈ ਵਿੱਚੋਂ 8ਵੀਂ ਸਦੀ ਨੂੰ ਨੰਬਰ 2 ਚੀਨੀਆਂ ਨੇ ਭਾਰਤ ਨੂੰ ਡੈਸ਼ ਦਾ ਨਾਮ ਦਿੱਤਾ ਤਾਈਨ ਚੂ ਪ੍ਰਸ਼ਨ ਨੰਬਰ ਖਾਲੀਥਾਂ ਨੰਬਰ 3 ਹੈ ਕਿ ਵਿੱਚੋਂ ਸਮਾਰਕ ਸਿਲਾ ਲੇਖ ਅਤੇ ਸਿੱਕੇ ਆਧ ਭਾਰਤੀ ਇਤਿਹਾਸ ਦੇ ਡੈਸ਼ ਸਰੋਤ ਹਨ ਜਦਕਿ ਸਵੈ ਜੀਵਨੀਆ ਤੇ ਜੀਵਨੀਆ ਡੈਸ਼ ਸਰੋਤ ਹਨ ਤਾਂ ਵਿੱਚੋਂ ਕਿਹੜੇ ਕਿਹੜੇ ਨੇ ਜਿਹੜੇ ਸਮਾਰਕ ਸਿਲਾ ਲੇਖ ਤੇ ਸਿੱਕੇ ਨੇ ਇਹ ਕਿਹੜੇ ਸਰੋਤ ਨੇ ਪੁਰਾਤੱਤਵ ਤੇ ਜੀਵਨੀਆਂ ਸੈ ਜੀਵਨੀਆਂ ਇਹ ਸਾਹਿਤਕ ਸਰੋਤ ਹਨ ਨੰਬਰ 4 ਤਾਨसेन ਇੱਕ ਪ੍ਰਸਿੱਧ ਡੈਸ਼ ਸੀ ਕੀ ਸੀ ਬੱਚਿਓ ਸੰਗੀਤਕਾਰ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਮੱਧ ਕਾਲੀਨ ਯੁੱਗ ਮੋੜਲਾ ਮੱਧਕਾਲੀਨ ਯੁੱਗ ਅਤੇ ਉੱਤਰ ਮੱਧਕਾਲੀਨ ਯੁੱਗ ਵਿੱਚ ਵੰਡਿਆ ਹੋਇਆ ਸੀ ਤਾਂ ਬੱਚਿਓ ਆਪਾਂ ਨੂੰ ਕਿਹਾ ਗਿਆ ਕਿ ਜਿਹੜਾ ਮੱਧਕਾਲੀਨ ਯੁੱਗ ਸੀ ਠੀਕ ਹੈ ਉਹ ਮੂਲਾ ਮੱਧਕਾਲੀਨ ਯੁੱਗ ਅਤੇ ਉੱਤਰ ਮੱਧਕਾਲੀਨ ਯੁੱਗ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਤਾਂ ਇਹ ਹੈਗਾ ਬਿਲਕੁਲ ਸਹੀ ਤਾਂ ਇਸ ਤੇ ਆਪਾਂ ਸਹੀ ਦਾ ਨਿਸ਼ਾਨ ਲਾ ਦੇਵਾਂਗੇ ਨੰਬਰ 2 ਮੱਧਕਾਲੀਨ ਯੁੱਗ ਦੌਰਾਨ ਬਹੁਤ ਸਾਰੇ ਸਮਾਜਿਕ ਰੀਤੀ ਰਿਵਾਜ ਅਤੇ ਧਾਰਮਿਕ ਵਿਸ਼ਵਾਸ ਹੋਣ ਦੇ ਵਿੱਚ ਨਹੀਂ ਆਏ ਸਨ ਇਹ ਗਲਤ ਤਾਂ ਬੱਚਿਓ ਆਏ ਸੀ ਨੰਬਰ 3 ਮੱਧਕਾਲੀਨ ਯੁੱਗ ਵਿੱਚ ਵਪਾਰ ਅਤੇ ਬਣਜ ਦੇ ਵਿਕਾਸ ਲਈ ਵਿਸ਼ੇਸ਼ ਸੁਧਾਰ ਕੀਤੇ ਗਏ ਇਹ ਹੈਗਾ ਬਿਲਕੁਲ ਸਹੀ ਨੰਬਰ 4 ਮੱਧਕਾਲੀਨ ਯੁੱਗ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਸਬੰਧ ਸਥਾਪਿਤ ਨਹੀਂ ਸਨ ਇਹ ਹੈ ਗਲਤ ਉਹਨਾਂ ਵਿੱਚ ਸਬੰਧ ਸਥਾਪਿਤ ਹੈਗੇ ਸੀ ਇਸ ਤਰ੍ਹਾਂ ਬੱਚੇ ਜਿਹੜਾ ਪਾਠ ਹੈ ਕੰਪਲੀਟ ਹੋ ਗਿਆ ਤੁਸੀਂ ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਤੇ ਇਸ ਤੋਂ ਪਿਛਲੇ ਪਾਠਾਂ ਦੇ ਪ੍ਰਸ਼ਨ ਉੱਤਰ ਵੀ ਚੈਨਲ ਦੇ ਉੱਤੇ ਕਰ ਸਕਦੇ ਹੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਨਲ ਤੇ ਪਾਈ ਜਾ ਚੁੱਕੇ ਨੇ ਧੰਨਵਾਦ